ਪੰਮੀ ਨੂੰ ਦੱਸਾਂ ਤਾਂ ਸਹੀ, ਜਾ ਕੇ ਵੀ ਲੋਹੜੀ ਆ, ਕੁੜੀ ਦਾ ਫੋਨ ਆਇਆ ਵਾ। ਹੁਣ ਪੰਮੀ ਰਾਣੀ ਦਾ ਫੋਨ ਆਇਆ ਵੀ ਲੋਹੜੀ ਆ, ਬੰਡਣੀ ਤਿਆਰੀ ਕਰ ਲਓ ਆਪਣੀ। ਅੱਛਾ ਅੱਛਾ ਬੇਬੇ, ਹਾਂ ਮੈਨੂੰ ਵੀ ਰਾਣੀ ਨੇ ਕਿਹਾ ਸੀ ਇਸ ਵਾਰ ਆਪਾਂ ਪ੍ਰੋਗਰਾਮ ਵਧੀਆ ਧੂਮ ਧਾਮ ਨਾਲ ਕਰਨਾ, ਮੁੰਡੇ ਦੀ ਲੋਹੜੀ ਕਰਨੀ ਹੈ ਇਸ ਵਾਰ। ਚੱਲ ਕਰੋ ਤਿਆਰੀ ਪੁੱਤ ਤੁਸੀਂ ਆਪਦੀ। ਚੱਲ ਠੀਕ ਆ ਬੇਬੇ। ਐਂ ਕਰਦੀਆਂ, ਮੈਂ ਇਹਨਾਂ ਨੂੰ ਫੋਨ ਕਰਦੀ ਆ। ਹੈਲੋ, ਸਤਿ ਸ਼੍ਰੀ ਅਕਾਲ, ਮੇਰੀ ਗੱਲ ਸੁਣੋ, ਤੁਸੀਂ ਇੱਥੇ ਕਦੋਂ ਕੁ ਆ ਜਾਓਗੇ? ਅੱਛਾ, 5-6 ਦਿਨ ਲੱਗ ਜਾਣਗੇ ਹਜੇ। ਮੈਂ ਤਾਂ ਇਉਂ ਕਹਿੰਦੀ ਸੀਗੀ, ਆਪਣੀ ਰਾਣੀ ਦੇ ਮੁੰਡੇ ਦੀ ਲੋਹੜੀ ਆ ਪਹਿਲੀ, ਹਾਂਜੀ, ਉਹਨਾਂ ਵਾਸਤੇ ਕੱਪੜਾ ਲੀੜਾ ਲਿਆਉਣਾ ਵਾ। ਤੁਸੀਂ ਐਂ ਕਰੋ, ਮੇਰੇ ਕੋਲ ਪੈਸੇ ਸੀਗੇ ਘੱਟ, ਹਾਂਜੀ, ਤੇ ਐਂ ਕਰੋ ਤੁਸੀਂ ਮੈਨੂੰ ਗੂਗਲ ਪੇ ਹੀ ਕਰ ਦਿਓ ਪੈਸੇ। ਫਿਰ ਉਹਨਾਂ ਲਈ ਫਿਰ ਲੀੜਾ ਲੱਤਾ ਵਧੀਆ ਲੈਣਾ ਪੈਣਾ ਨਾ ਫਿਰ ਆਪਾਂ ਨੂੰ। ਹਾਂਜੀ ਹਾਂਜੀ, ਚਲੋ ਠੀਕ ਆ ਠੀਕ ਆ, ਓਕੇ ਬਾਏ ਬਾਏ। ਬੇਬੇ ਇਹਨਾਂ ਨੂੰ ਤਾਂ ਲੱਗ ਜਾਣੇ ਆ 4-5 ਦਿਨ ਉੱਥੇ ਰਾਜਸਥਾਨ, ਤੇ ਇਹ ਮੈਨੂੰ ਕਹਿੰਦੇ ਸੀ ਤੁਸੀਂ ਆਪ ਹੀ ਜਾ ਕੇ ਸਾਰਾ ਕੁਛ, ਆਪਾਂ ਐਂ ਕਰੀਏ ਮੈਂ ਇਹਨਾਂ ਤੋਂ ਗੂਗਲ ਪੇ ਕਰਵਾ ਲਏ ਪੈਸੇ, ਹੁਣ ਆਪਾਂ ਦੋਵੇਂ ਜਣੀਆਂ ਜਾ ਕੇ ਸ਼ਹਿਰ ਕੱਪੜਾ ਲੱਤਾ ਲਿਆਈਏ। ਮੇਰੇ ਤਾਂ ਦੁਖਦਾ ਗੋਡੇ ਭਾਈ, ਤੂੰ ਹੀ ਜਾ ਕੇ ਲਿਆ, ਮੇਰੇ ਤੋਂ ਵੀ ਤੁਰਿਆ ਜਾਣਾ ਗਾ, ਤੂੰ ਹੀ ਲਿਆ ਜਾ ਕੇ। ਚੱਲ ਠੀਕ ਆ ਬੇਬੀ, ਫਿਰ ਮੈਂ ਹੀ ਚਲੀ ਜਾਂਦੀ, ਟਾਈਮ ਤਾਂ ਹਜੇ ਬੜਾ ਹੋਇਆ ਨੀ ਗਾ, ਲਿਆ ਜਾ ਕੇ। ਹਾਂ ਚਲੋ ਠੀਕ ਆ, ਤੁਸੀਂ ਕਰੋ ਮੈਂ ਜਾਂਦੀ ਹਾਂ ਫਿਰ। ਸ਼ਾਮ ਹੀ ਹੋ ਗਈ, ਬਾਲਾ ਟਾਈਮ ਲੱਗ ਗਿਆ ਅੱਜ ਤਾਂ ਮੈਨੂੰ ਬਾਜ਼ਾਰ। ਲੇਟ ਹੋ ਗਈ ਬੇਬੇ, ਲੇਟ ਤਾਂ ਹੋਣਾ ਸੀਗਾ, ਅੱਧਾ ਸ਼ਹਿਰ ਗਾ ਮਾਰਿਆ, ਕੱਪੜਾ ਕਿਹੜਾ ਆਪਦੀ ਪਸੰਦ ਦਾ ਪਸੰਦ ਆਉਂਦਾ ਵਾ, ਫਿਰ ਮੈਂ ਤਾਂ ਬਾਹਲਾ ਹੀ ਥੱਕ ਗਈ ਪਤਾ। ਬੇਬੇ ਮੈਨੂੰ ਤਾਂ ਇੰਨੀ ਭੁੱਖ ਲੱਗੀ ਬਾਹਲੀ ਜ਼ਿਆਦਾ, ਫਿਰ ਮੈਂ ਇੱਦਾਂ ਧੱਕੇ ਨਾਲ ਹੀ ਫਿਰਦੀ ਰਹੀ। ਮੈਂ ਤਾਂ ਖਾ ਲੈਣਾ ਸੀ ਕੁਛ, 2-3 ਰੋਟੀਆਂ ਖਾ ਕੇ ਗਈ ਸੀ ਘਰੋਂ। ਉਹ ਤਾਂ ਬੇਬੇ ਮੈਨੂੰ ਵੀ ਪਤਾ ਵਾ, ਪਰ ਮੈਂ ਇੱਦਾਂ ਭੈੜਾ ਲੱਗਦਾ ਨਾ, ਮੈਂ ਤਾਂ ਫਿਰ ਮੈਂ ਕਿਹਾ ਚੱਲ ਮੈਂ ਘਰੇ ਜਾ ਕੇ ਦੇਖੂ, ਚੱਲ ਮੈਂ ਪਾਣੀ ਪੀ ਕੇ ਆਉਂਦੀ ਹਾਂ, ਫਿਰ ਤੈਨੂੰ ਆ ਕੇ ਕੱਪੜਾ ਲੱਤਾ ਦਿਖਾਉਣੀ ਆ। ਚੱਲ ਬੇਬੇ ਤੈਨੂੰ ਮੈਂ ਹੁਣ ਸੂਟ ਦਿਖਾਉਣੀ ਆ। ਆ ਬੇਬੇ ਆਪਣੀ ਰਾਣੀ ਲਈ ਸੂਟ ਲਿਆਈ ਆ ਮੈਂ। ਹਾਂ ਵਧੀਆ, ਪਤ ਵਧੀਆ ਸੋਹਣਾ ਵਾ ਸੂਟ। ਹਾਂ ਹਾਂ, ਆ ਵੀਰ ਜੀ ਵਾਸਤੇ ਕੁੜਤਾ ਪਜਾਮਾ ਤੇ ਆ ਪੋਸ਼ਾਕ ਬਣਾ ਲਈ ਮੈਂ ਸਾਰੀ ਸੋਹਣੇ ਆ ਪੁੱਤ। ਹਾਂ ਤੇ ਆ ਬੇਬੇ ਮੈਂ ਉਹਦੀ ਸੱਸ ਲਈ ਲਿਆਈ ਆ। ਹਾਂ ਪੁੱਤ ਸੋਹਣੇ ਆ ਸੋਹਣੇ। ਹਾਂ ਤੈਨੂੰ ਪਤਾ ਬੇਬੇ ਫਿਰ ਮੈਂ ਮਾੜੀ ਚੀਜ਼ ਨੀ ਲਿਆਉਂਦੀ ਹੁੰਦੀ, ਮੈਂ ਤਾਂ ਬਾਵਾ ਸਾਰੀਆਂ ਦੁਕਾਨਾਂ ਬਦਲ ਲਈਆਂ ਸੀ, ਮੈਂ ਕਿਹਾ ਮਾੜਾ ਕੱਪੜਾ ਮੇਰੇ ਪੁੱਤ ਦੀ ਪਹਿਲੀ ਲੋੜੀ ਆ, ਵੀ ਮਾੜੀ ਚੀਜ਼ ਨੀ ਮੈਂ ਲੈ ਕੇ ਜਾਣੀ। ਮਾੜੀ ਤਾਂ ਦਈ ਦੀ ਨਹੀਂ। ਹਾਂ ਹਾਂ ਬੇਬੇ ਚੱਲ ਮੈਂ ਕੱਪੜੇ ਅੰਦਰ ਰੱਖਿਆ। ਹਾਂ
ਬੂਟਾ ਕਿੱਥੇ ਆ ਬੇਬੇ? ਉਹ ਪਿੰਡ ਚ ਗਏ ਆ, ਉਹਨਾਂ ਨੂੰ ਕੋਈ ਕੰਮ ਸੀ। ਸੁਦੇਹਾ ਤਿਆਰ ਹੋ ਜਾਓ। ਕੋਈ ਨਾ ਬੇਬੇ, ਇਹ ਵੀ ਮੈਨੂੰ ਕਹੀ ਜਾਂਦੇ ਸੀ ਵੀ ਆਪਾਂ ਸਵੇਰੇ ਸਵਖਤ ਹੀ ਜਾਣਾ ਵਾ। ਚੰਨੀ ਹੋਣੀ ਤਾਂ ਗਏ ਵੀ। ਵਧੀਆ ਗੱਲ ਆ ਬੇਬੇ, ਉੱਥੇ ਨਹਾ ਧੋ ਲੈਣਗੇ ਅਗਲੇ। ਚੱਲ ਸਹੀ ਗੱਲ ਆ। ਹਾਂ ਬੇਬੇ, ਕੋਈ ਨਾ ਟਾਈਮ ਨਾਲ ਚੱਲਾਂਗੇ ਆਪਾਂ। ਬਹੁਤ ਸੋਹਣਾ ਸੀ ਪ੍ਰੋਗਰਾਮ ਭੈਣੇ। ਅੱਛਾ ਅੱਛਾ, ਸਹੀ ਗੱਲ ਆ ਪੁੱਤ, ਵਧਾਈਆਂ ਤੈਨੂੰ। ਸਵਾ ਵਧਾਈਆਂ, ਬਾਲੀਆਂ ਬਾਲੀਆਂ ਵਧਾਈਆਂ ਭੈਣੇ। ਸਵਾ ਵਧਾਈਆਂ ਭਾਬੀ, ਤੁਹਾਨੂੰ ਵੀ ਬਾਲੀਆਂ। ਹਾਂ ਚੱਲ, ਮੈਂ ਹੁਣ ਤੈਨੂੰ ਸੂਟ ਦਿਖਾ ਲਵਾਂ। ਅੱਛਾ ਅੱਛਾ, ਚੱਲ ਕੋਈ ਨਾ ਦੇਖ ਲੈਨੇ ਆ। ਚੱਲ ਆ ਜਾ ਚੰਨੀ, ਤੂੰ ਵੀ ਆ ਜਾ। ਆ ਜਾ ਆ ਜਾ ਚੰਨੀ, ਇੱਥੇ ਬਹਿ ਜਾ। ਮੈਂ ਹੁਣ ਤੁਹਾਨੂੰ ਸੂਟ ਦਿਖਾ ਦਿੰਨੀ ਆ। ਹਾਂ ਹਾਂ ਭਾਬੀ ਦਿਖਾ ਸੂਟ। ਹਾਂ ਵਿਖਾਉਣੀ ਆ। ਆ ਰਾਣੀ ਵੀਰ ਜੀ ਦੀ ਪੋਸ਼ਾਕ। ਅੱਛਾ ਸੋਹਣਾ ਮਹਾ। ਆ ਆ ਮਾਸੀ ਜੀ ਦਾ ਸੂਟ। ਅੱਛਾ ਅੱਛਾ ਅੱਛਾ, ਠੀਕ ਆ। ਤੇ ਆ ਭੈਣੇ ਤੇਰਾ ਸੂਟ ਆ। ਅੱਛਾ, ਆ ਤਾਂ ਬਹੁਤ ਸੋਹਣਾ ਸੂਟ ਆ, ਹਨਾ? ਰੰਗ ਵੀ ਕਿੰਨਾ ਸੋਹਣਾ ਵਾ। ਹਾਂ ਆ ਚੰਨੀ, ਤੂੰ ਵੀ ਦੇਖ ਲਾ ਕੱਪੜੇ ਸੋਹਣੇ ਸੂਟ ਆ, ਸੋਹਣੇ ਆ ਸੂਟ ਤਾਂ, ਸੋਹਣੇ ਆ ਭਾਬੀ ਸੂਟ ਤਾਂ, ਸੋਹਣੇ ਆ। ਚੱਲ ਮੈਂ ਵੀ ਫਿਰ ਤੁਹਾਡਾ ਲੀੜਾ ਲੱਤਾ ਲੈ ਕੇ ਆਉਣੀ। ਚੰਗਾ ਬੈਠੋ ਤੁਸੀਂ, ਚੰਨੀ ਆ ਜਾ ਤੂੰ ਮੇਰੇ ਨਾਲ ਚੱਲ। ਲੈ ਦੇਖ ਚੰਨੀ, ਆ ਦੋ ਸੂਟ ਆ ਮੇਰੇ ਕੋਲ ਤਾਂ, ਕਿਹੜਾ ਲਾਵਾਂ ਤੈਨੂੰ? ਸੂਟ ਆ ਸੀਗੇ ਦੋ ਆ, ਮੈਂ ਕਿਹਾ ਚੱਲ ਚੰਨੀ ਨੂੰ ਦੇ ਦਿੰਨੀ ਆ ਤੇ ਆ ਭਾਬੀ ਨੂੰ ਲਾ ਦਿੰਨੀ। ਸੋਹਣਾ ਹਨਾ? ਹਾਂ ਚੱਲ ਭਾਬੀ ਦੇਖ ਤਾ ਸੂਟ, ਸੋਹਣਾ ਤੈਨੂੰ ਵੀ ਆ ਦੇਖ ਲਾ ਸੂਟ, ਸੋਹਣਾ। ਹਾਏ ਮੈਂ ਤਾਂ ਇਹਨੂੰ ਇੰਨਾ ਸੋਹਣਾ ਸੂਟ ਲਿਆ ਕੇ ਦਿੱਤਾ, ਇਹਨੇ ਦੇਖ ਲਾ ਮੈਨੂੰ ਕਿੰਨਾ ਘਟੀਆ ਸੂਟ ਦੇਤਾ ਚੱਕ ਕੇ। ਮੈਂ ਤਾਂ ਪੂਰੇ ਪੈਸੇ ਲਾ ਤੇ ਇਹਨਾਂ ਤੇ। ਬਸ ਠੀਕ ਆ ਰਾਣੀ, ਜੋ ਵੀ ਕੀਤਾ ਵਧੀਆ ਹੀ ਆ ਭਾਈ। ਉਹਨੇ ਕੱਪੜੇ ਪਾਏ ਮਸ਼ੀਨ ਚ? ਹਾਂ ਬੇਬੇ ਪਾਏ ਈ। ਬੇਬੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਬਾਵਾ ਦਿਨਾਂ ਤੋਂ। ਬੇਬੇ ਦੇਖ ਲਾ, ਮੈਂ ਰਾਣੀ ਹੋਣਾ ਵਾਸਤੇ ਕਿੱਡੇ ਸੋਹਣੇ ਸੋਹਣੇ ਸੂਟ ਲੈ ਕੇ ਗਈ, ਉਹਨੇ ਮੈਨੂੰ ਜਮਾ ਹੀ ਹਲਕਾ ਸੂਟ ਦੇਤਾ। ਸੂਟ ਆ ਪੁੱਤ, ਜਿਹਾ ਜਿਹਾ ਤਾਂ ਸਰਿਆ ਦੇਤਾ ਉਹਨੇ। ਕਿਹੜਾ ਬੇਬੇ, ਜਮਾ ਹਲਕਾ ਸੂਟ ਆ? ਚੰਨੀ ਨੂੰ ਤਾਂ ਕਿੱਡਾ ਸੋਹਣਾ ਸੂਟ ਚੱਕ ਕੇ ਫੜਾਤਾ, ਉਹਦੇ ਵਰਗਾ ਮੈਨੂੰ ਦੇ ਦਿੰਦੀ? ਮੈਂ ਤਾਂ ਇੰਨੀਆਂ ਰੀਝਾਂ ਨਾਲ ਉਹਨੂੰ 5-7 ਹਜ਼ਾਰ ਵਾਲਾ ਸੂਟ ਦੇ ਕੇ, ਮੈਂ ਤਾਂ ਉਹਦੀ ਸੱਸ ਦਾ ਵੀ ਨਾ ਮਾੜਾ ਸੂਟ ਲਾਇਆ। ਐਵੇਂ ਭਕਾਈ ਮਾਰੀ ਜਾਂਦੀ, ਕਿੱਡਾ ਸੋਹਣਾ ਤੈਨੂੰ ਸੂਟ ਦਿੱਤਾ, ਮਾਨ ਤਾਂ ਕੀਤਾ ਤੇਰਾ, ਤੂੰ ਸੂਟਾਂ ਦੀ ਮਾਰੀ ਗਈ ਸੀ ਉੱਥੇ। ਮੈਂ ਤਾਂ ਬੇਬੇ ਸਿਰਫ ਤੇਰੇ ਨਾਲ ਇੱਕ ਗੱਲ ਕੀਤੀ ਆ, ਜਿਹੜੀ ਗੱਲ ਦਾ ਰੋਸ ਸੀ ਮੈਂ ਤੈਨੂੰ ਦੱਸਤਾ। ਮੈਂ ਤਾਂ ਤੈਨੂੰ ਆਪਦੇ ਦਿਲ ਦੀ ਗੱਲ ਦੱਸੀ ਆ। ਗੱਲ ਖਬਰਦਾਰ ਜੇ ਮੇਰੀ ਧੀ ਨੂੰ ਮਾੜੀ ਚੰਗੀ ਗੱਲ ਕਹੀ ਆ।
ਮੰਦਾ ਚੰਗਾ ਬੇਬੇ ਮੈਂ ਉਹਨੂੰ ਕੀ ਬੋਲਣਾ ਵਾ, ਮੈਨੂੰ ਤਾਂ ਉਹਦੇ ਨਾਲ ਸ਼ਿਕਵਾ ਸੀ, ਮੈਂ ਤਾਂ ਆਪਦੇ ਦਿਲ ਦੀ ਤੇਰੇ ਨਾਲ ਗੱਲ ਕਰ ਲਈ, ਅਕਸਰ ਨੂੰ ਮੈਂ ਵੀ ਤਾਂ ਤੇਰੀ ਧੀ ਲੱਗਦੀ ਹੀ ਆ। ਬਹਿ ਜਾ ਤੱਕੀ ਰਹਿ, ਮੈਂ ਵੀ ਤੇਰੀ ਮਾਂ ਮੂੰਹ ਲੱਗਦੀ ਗੀ, ਮੈਨੂੰ ਦੱਸ ਬੇਬੇ ਦੀ ਨੀ ਸਮਝ ਆਉਂਦੀ, ਮੈਂ ਰਾਣੀ ਹੋਣਾ ਦਾ ਐਡਾ ਕੀਤਾ, ਮੈਂ ਇੰਨੇ ਚਾਅ ਨਾਲ ਕੀਤਾ, ਮੈਨੂੰ ਤਾਂ ਬੇਬੇ ਵੀ ਮੇਰੇ ਤੇ ਗੁੱਸਾ ਲੱਗਦੀ ਆ। ਇਹ ਸਹੀ ਕਿਹਾ ਸਿਆਣਿਆਂ ਨੇ, ਕਦੇ ਸੱਸ ਮਾਂ ਨੀ ਬਣ ਸਕਦੀ। ਮੈਂ ਤਾਂ ਰਾਣੀ ਹੋਣਾ ਵਾਸਤੇ ਦੁਕਾਨਾਂ ਵਿੱਚ ਬਾਜ਼ਾਰ 'ਚ ਧੱਕੇ ਖਾਂਦੀ ਰਹੀ, ਭੁੱਖੀ ਭਾਣੀ ਤੁਰੀ ਫਿਰਦੀ ਰਹੀ ਵੀ ਇਹਨਾਂ ਨੂੰ ਮਾੜਾ ਕੱਪੜਾ ਨੀ ਦੇਣਾ। ਮੈਨੂੰ ਤਾਂ ਇਹਦੀ ਮੁੰਡੇ ਦੀ ਲੋਹੜੀ ਦਾ ਇੰਨਾ ਚਾਅ ਸੀ, ਆਪਦੀ ਭੈਣ ਨੂੰ ਚੱਕ ਕੇ ਚੰਗਾ ਸੂਟ ਲਾਤਾ, ਮੈਨੂੰ ਲਾਤਾ ਮਾੜਾ। ਦੱਸ ਕੋਈ ਨਾ, ਅੱਗੇ ਤੋਂ ਕਿਹੜਾ ਇਹਨਾਂ ਦੇ ਪ੍ਰੋਗਰਾਮ ਨਹੀਂ ਆਉਣਾ, ਮੈਂ ਵੀ 500-700 ਵਾਲਾ ਹੀ ਸੂਟ ਦਿਆ ਕਰੂੰ। ਕੋਈ ਨਾ, ਜਿੱਦਾਂ ਦਾ ਬੀਜੋਗੇ ਉੱਦਾਂ ਦਾ ਪੱਟੋਗੇ। ਚੱਲ ਮੈਂ ਤਾਂ ਆਪਦਾ ਕੰਮ ਧੰਦਾ ਕਰਾਂ।